देखो वीर जी कतूत संस्कार ਥਾਣੇ 'ਚ ਡੀ ਐੱਸ ਪੀ ਸਾਹਿਬ ਦੇ ਦਫ਼ਤਰ 'ਚ ਬੈਠੇ ਅੰਮ੍ਰਿਤਧਾਰੀ ਗੁਰੂ ਦੇ ਸਿੰਘਾਂ ਦੀਆਂ ਤਸਵੀਰਾਂ ਫਤਿਹਗੜ੍ਹ ਚੂੜੀਆਂ ਦੇ ਪੁਲਿਸ ਥਾਣੇ ਦੀਆਂ ਨੇ ਜਿੱਥੇ ਗੁਰੂ ਦੇ ਸਿੰਘ ਪੁਲਿਸ ਕੋਲ ਗੁਟਕਾ ਸਾਹਿਬ ਅਤੇ ਗੁਰਬਾਣੀ ਦੀਆਂ ਪੋਥੀਆਂ ਸਾੜ ਕੇ ਬੇਅਦਬੀ ਕਰਨ ਵਾਲੇ ਖਿਲਾਫ਼ ਸ਼ਿਕਾਇਤ ਲੈ ਕੇ ਪਹੁੰਚੇ ਨੇ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ 'ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਕਿਸੇ ਵੱਲੋਂ ਗੁਰਬਾਣੀ ਦੀਆਂ ਪੋਥੀਆਂ ਨੂੰ ਅੱਗ ਲਗਾਉਣ ਤੋਂ ਬਾਅਦ ਤੇਜ਼ ਹਵਾ ਚੱਲਣ ਨਾਲ ਉਹਨਾਂ ਦੇ ਅੰਗ ਜਲੀ ਹੋਈ ਹਾਲਤ 'ਚ ਗਲੀਆਂ 'ਚ ਖਿਲਰ ਗਏ। ਸਥਾਨਕ ਨਿਵਾਸੀਆਂ ਵੱਲੋਂ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਡੀ ਐੱਸ ਪੀ ਬਲਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚ ਕੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਕਰਨ ਵਾਲੇ ਕਵੀਸ਼ਰ ਬਲਵਿੰਦਰ ਸਿੰਘ ਜੋਹਲ, ਉਸ ਦੇ ਬੇਟੇ ਅਤੇ ਪਤਨੀ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਇਸ ਮੌਕੇ ਡੀ ਐੱਸ ਪੀ ਬਲਵੀਰ ਸਿੰਘ ਨੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਗੁਰਬਾਣੀ ਦੀਆਂ ਪੋਥੀਆਂ ਜਾਂ ਹੋਰ ਧਾਰਮਿਕ ਪੁਸਤਕਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਸ਼ਾਮੀ ਇਤਲਾਹ ਮਿਲੀ ਸੀ ਕਿ ਫਤਿਹਗੜ੍ਹ ਚੂੜੀਆਂ ਦਸ਼ਮੇਸ਼ ਨਗਰ ਦੇ ਵਿੱਚ ਗੁਟਕਾ ਸਾਹਿਬ ਦੇ ਅੰਗ ਕਿਸੇ ਵੱਲੋਂ ਜਾਲ ਦਿੱਤੇ ਗਏ। ਮੌਕੇ 'ਤੇ ਗਏ ਉੱਥੇ ਸਿੱਖ ਜਥੇਬੰਦੀਆਂ ਦੇ ਵੱਖ ਵੱਖ ਅਹੁਦੇਦਾਰ ਜਿਹੜੇ ਵੀ ਇਕੱਠੇ ਹੋਏ ਸਨ। ਹਰਦਮਨ ਸਿੰਘ ਨੇ ਇੱਕ ਸਾਡੇ ਕੋਲ ਬਿਆਨ ਲਿਖਵਾਇਆ ਜਿਨ੍ਹਾਂ ਨੇ ਇਹ ਗੱਲ ਦੱਸੀ ਵੀ ਅਸੀਂ ਜਦੋਂ ਗੁਰੂ ਮਹਾਰਾਜ ਦੇ ਗੁਟਕਾ ਸਾਹਿਬ ਦੇ ਅੰਗ ਦੇਖੇ ਤਾਂ ਉਹਨਾਂ ਨੇ ਇਸ ਗੱਲ ਦੀ ਪੜਤਾਲ ਕੀਤੀ ਅਤੇ ਅੱਗੇ ਕੁਛ ਪੰਜਾਬੀ ਲਿਟਰੇਚਰ ਨੂੰ ਜਿਹੜੀ ਅੱਗ ਲਾਈ ਹੋਈ ਮਿਲੀ ਜਿਹਦੇ ਵਿੱਚ ਬਲਵਿੰਦਰ ਸਿੰਘ ਕੁਸ਼ਰ ਦੀਆਂ ਹੱਥ ਲਿਖਤਾਂ 'ਤੇ ਉਹਨਾਂ ਦੇ ਸਾਈਨ ਹੋਏ ਮਿਲੇ ਅਤੇ ਪਤਾ ਲੱਗਾ ਵੀ ਬਲਵਿੰਦਰ ਸਿੰਘ ਕੁਸ਼ਰ ਨੂੰ ਉੱਥੇ ਬੁਲਾਇਆ ਗਿਆ ਮੌਕੇ 'ਤੇ, ਜਿਨ੍ਹਾਂ ਨੇ ਮੰਨਿਆ ਵੀ ਸਾਡੇ ਘਰ ਦੇ ਵਿੱਚੋਂ ਹੀ ਇਹ ਸਾਰਾ ਜਿਹੜਾ ਲਿਟਰੇਚਰ ਆਇਆ ਸੀ ਜਿਹਦੇ ਵਿੱਚ ਸਾਡੇ ਤੋਂ ਗਲਤੀ ਨਾਲ ਗੁਟਕਾ ਸਾਹਿਬ ਜਿਹੜਾ ਆਇਆ ਵੀ ਸਾਨੂੰ ਪਤਾ ਨਹੀਂ ਲੱਗਾ। ਮੌਕੇ 'ਤੇ ਹਰਦਮਨ ਸਿੰਘ ਨੇ ਉਹਨਾਂ ਦੇ ਖਿਲਾਫ਼ ਬਿਆਨ ਲਿਖਾਇਆ। ਬਲਵਿੰਦਰ ਸਿੰਘ ਜੋਹਲ ਜੋ ਆਪ ਵੀ ਅੰਮ੍ਰਿਤਧਾਰੀ ਸਿੱਖ ਨੇ, ਉਹਨਾਂ ਦਾ ਬੇਟਾ ਗੁਰਜੀਤ ਸਿੰਘ ਅਤੇ ਉਹਨਾਂ ਦੀ ਨੌਂਹ ਪਲਵਿੰਦਰ ਕੌਰ, ਜਿਨ੍ਹਾਂ ਦੇ ਖਿਲਾਫ਼ 295 ਏ ਤਹਿਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਤਾਂ ਜਿਨ੍ਹਾਂ ਨੂੰ ਇਸ ਮੁਕੱਦਮੇ ਦੇ ਵਿੱਚ ਅਸੀਂ ਜਿਹੜਾ ਵੀ ਗ੍ਰਿਫਤਾਰ ਵੀ ਕਰ ਲਿਆ। ਮੈਂ ਫਤਿਹਗੜ੍ਹ ਚੂੜੀਆਂ ਦੀ ਸਾਰੀ ਸੰਗਤ ਨੂੰ ਇਹ ਬੇਨਤੀ ਵੀ ਕਰਦਾ ਵੀ ਅੱਗੇ ਤੋਂ ਘਰਾਂ ਦੇ ਵਿੱਚੋਂ ਜਦੋਂ ਕੋਈ ਕਿਸੇ ਵੀ ਤਰ੍ਹਾਂ ਦਾ ਸਮਾਨ ਜਦੋਂ ਆਪਾਂ ਕਿਤੇ ਜਾਲਦੇ ਤਾਂ ਉਹਦਾ ਬਹੁਤ ਹੀ ਖਿਆਲ ਰੱਖਿਆ ਜਾਵੇ। ਅਤੇ ਮੈਂ ਧੰਨਵਾਦ ਵੀ ਕਰਦਾ ਫਤਿਹਗੜ੍ਹ ਚੂੜੀਆਂ ਵਾਸੀਆਂ ਦਾ ਜਿਨ੍ਹਾਂ ਨੇ ਬੜੀ ਸੰਜਮ ਵੀ ਰੱਖੀ ਅਤੇ ਸਾਡਾ ਸਾਥ ਵੀ ਮੌਕੇ 'ਤੇ ਦਿੱਤਾ। ਸਿੱਖ ਜਥੇਬੰਦੀਆਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਅਤੇ ਅਸੀਂ ਵੀ ਮੌਕੇ 'ਤੇ ਜਾ ਕੇ ਉਹਨਾਂ ਹਾਲਾਤਾਂ ਨੂੰ ਜਿਹੜਾ ਸਾਂਭਿਆ ਅਤੇ ਇਹਨਾਂ ਦੇ ਖਿਲਾਫ਼ ਜਿਹੜੇ ਕਸੂਰਵਾਰ ਸੀ ਕਾਨੂੰਨੀ ਕਾਰਵਾਈ ਜਿਹੜੀ ਕਰ ਦਿੱਤੀ ਗਈ ਹੈ। ਉੱਥੇ ਹੀ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕਾ ਸਾਹਿਬ ਨੂੰ ਅੱਗ ਲਗਾ ਕੇ ਉਹਨਾਂ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਬਲਵਿੰਦਰ ਸਿੰਘ ਨੇ ਆਪਣੀ ਗਲਤੀ ਕਬੂਲ ਕਰਦਿਆਂ ਮੁਆਫ਼ੀ ਮੰਗੀ। ਤੁਸੀਂ ਮੰਨਦੇ ਜੇ ਇਹ ਜਿਹੜਾ ਗੁਨਾਹ ਤੁਹਾਡੇ ਕੋਲ ਹੋਇਆ? ਮੈਂ ਇਹ ਗੁਨਾਹ ਨੂੰ ਨਹੀਂ, ਮੈਂ ਤੇ ਆਪਣੇ ਆਪ ਸ਼ਰਮ ਚ ਮਰਦਾ ਵੀ ਨਹੀਂ ਇਹ ਕੰਮ ਕਰਦਾ। ਉਧਰ ਦੂਜੇ ਪਾਸੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਘਟਨਾ ਸਥਾਨ ਤੇ ਪਹੁੰਚੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਵੀ ਬੇਅਦਬੀ ਦੀ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਆਦੇਸ਼ਾਂ ਦੇ ਉੱਪਰ ਬਾਅਦ ਦੁਪਹਿਰ ਪਤਾ ਲੱਗਿਆ ਕਿ ਫਤਿਹਗੜ੍ਹ ਚੂੜੀਆਂ ਦੇ ਅੰਦਰ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ। ਮੌਕੇ 'ਤੇ ਆ ਕੇ ਪੜਤਾਲ ਕੀਤੀ ਅਤੇ ਵਾਕਿਆ ਹੀ ਉਹ ਸਹੀ ਪਾਇਆ ਗਿਆ। ਗੁਟਕਾ ਸਾਹਿਬ ਨੂੰ ਬੁਰੀ ਤਰ੍ਹਾਂ ਜਲਾਇਆ ਗਿਆ ਸੀ। ਇੱਥੋਂ ਦੇ ਅਸੀਂ ਧੰਨਵਾਦੀ ਹਾਂ ਸਰਦਾਰ ਬਲਵੀਰ ਸਿੰਘ ਜੀ, ਜਿਨ੍ਹਾਂ ਨੂੰ ਇੱਥੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ। ਉਹਨਾਂ ਨੇ ਬਾਖੂਬੀ ਨਿਭਾਈ ਹੈ। 295 ਏ ਦਾ ਪਰਚਾ ਦੋਸ਼ੀਆਂ ਦੇ ਉੱਪਰ ਕੀਤਾ ਗਿਆ ਹੈ ਅਤੇ ਅਗਾਂਹ ਤੋਂ ਵੀ ਸਿੱਖ ਸੰਗਤਾਂ ਸੁਚੇਤ ਰਹਿਣ, ਥਾਂ ਥਾਂ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਹਰ ਹੀਲੇ ਬਰਕਰਾਰ ਰੱਖਿਆ ਜਾਵੇ। ਇਹ ਤਾਂ ਸ਼ੁਕਰ ਕਰੋ ਕਿ ਮੌਕੇ 'ਤੇ ਗਲੀਆਂ 'ਚ ਜਲੀ ਹਾਲਤ 'ਚ ਖਿਲਰੇ ਗੁਰਬਾਣੀ ਦੀਆਂ ਪੋਥੀਆਂ ਦੇ ਅੰਗ ਕਿਸੇ ਨੇ ਦੇਖ ਲਏ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ, ਨਹੀਂ ਤਾਂ ਬਰਗਾੜੀ ਕਾਂਡ ਵਾਂਗ ਇਹ ਪਤਾ ਕਰਦੇ ਕਰਦੇ ਕਈ ਸਾਲ ਲੰਘ ਜਾਣੇ ਸੀ ਕਿ ਇਹ ਬੇਅਦਬੀ ਕਿਸਨੇ ਅਤੇ ਕਿਉਂ ਕੀਤੀ ਹੈ। ਫਿਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸੇਕਣੀਆਂ ਸੀ ਸਿਆਸੀ ਰੋਟੀਆਂ ਅਤੇ ਕਾਰਵਾਈ ਹੋਣੀ ਸੀ ਕਈ ਉਹਨਾਂ ਬੇਕਸੂਰਾਂ 'ਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਵੀ ਨਹੀਂ ਹੋਣਾ ਸੀ। ਹਕੀਕਤ ਟੀ ਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।